ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਵਰੀਤ ਸਿਵੀਆ ਅਤੇ ਮੇਰੇ ਨਾਲ ਨੇ ਸੁਖਨੈਬ ਸਿੱਧੂ, ਅਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਸਾਹਿਤ ਦੇ ਬਾਬਾ ਬੋੜ ਸਰਦਾਰ ਜਸਵੰਤ ਸਿੰਘ ਕੰਵਲ ਜੀ ਦੇ ਘਰ, ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਕਿਉਂਕਿ ਇੱਕ ਆਮ ਬੰਦਾ ਜਿੰਨੀਆਂ ਕਿਤਾਬਾਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਪੜ੍ਹ ਵੀ ਨਹੀਂ ਸਕਦਾ, ਉਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ। ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਨਾ ਸਿਰਫ ਪੰਜਾਬੀ ਸਾਹਿਤ ਨੂੰ ਹੋਰ ਜ਼ਿਆਦਾ ਮਾਣ ਮੱਤਾ ਸਥਾਨ ਮਿਲਦਾ ਹੈ, ਸਗੋਂ ਪੰਜਾਬ ਦੇ ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਬਿਰਤਾਂਤ ਦਾ ਵੀ ਬਹੁਤ ਖੂਬਸੂਰਤ ਵਰਣਨ ਮਿਲਦਾ ਹੈ। ਅਸੀਂ ਅੱਜ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਅੱਜ ਆਪਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਨਾਲ। ਬਹੁਤ ਬਹੁਤ ਸ਼ੁਕਰੀਆ। ਅਤੇ ਇੱਕ ਗੱਲ, ਇੰਨੀਆਂ ਕਿਤਾਬਾਂ ਤੁਸੀਂ ਲਿਖੀਆਂ, ਆਮ ਬੰਦੇ ਤੋਂ ਤਾਂ ਉਨੀਆਂ ਮਤਲਬ ਜ਼ਿੰਦਗੀ 'ਚ ਨਾ ਕਈ ਬੰਦੇ ਉਨੀ ਪੜ੍ਹ ਵੀ ਨਹੀਂ ਸਕਦੇ, ਅਤੇ ਕੀ ਕਿਹੜੀ ਚੀਜ਼ ਸਹਾਈ ਰਹੀ ਇੰਨੀਆਂ ਕਿਤਾਬਾਂ ਲਿਖਣ ਪਿੱਛੇ? ਤੁਹਾਨੂੰ ਲੱਗਦਾ ਲਿਖਣੀ ਹੈ ਜਿਹੜੀ ਤੁਹਾਡੀ, ਉਹ ਇੰਨੀ ਜ਼ਿਆਦਾ ਕਿਵੇਂ ਹੋਈ? ਗੱਲ ਦਰਅਸਲ ਇਹ ਸੀ ਵੀ ਪੰਜਾਬ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਸੀ, ਔਰ ਪੰਜਾਬ ਨੇ ਕੁਰਬਾਨੀਆਂ ਆਜ਼ਾਦੀ ਦੀ ਲਹਿਰ 'ਚ ਬੇਥਾਹ ਦਿੱਤੀਆਂ, ਉਹ ਸਾਰੀਆਂ ਟੱਠੇ ਖੂਹ ਪਾ ਦਿੱਤੀਆਂ। ਪੰਜਾਬ ਦਾ ਬਣਾਇਆ ਕਿਸੇ ਨੇ ਕੁਛ ਨਹੀਂ, ਕਿਸੇ ਸਰਕਾਰ ਨੇ ਵੀ ਇਹਨੂੰ ਜੇ ਬਣਾਉਂਦੇ ਤਾਂ ਪੰਜਾਬ ਵਿੱਚੋਂ ਕੁਛ ਨਾ ਕੁਛ ਪ੍ਰਾਪਤੀਆਂ ਹੁੰਦੀਆਂ ਹਨ ਜੀ। ਔਰ ਹੁਣ ਜਿਹੜਾ ਵੀ ਆਇਆ ਪੰਜਾਬ ਨੂੰ ਖਿੱਚਦਾ ਰਿਹਾ, ਲੁੱਟਦਾ ਰਿਹਾ, ਔਰ ਇਹਨੂੰ ਕਿਸੇ ਵੀ ਪਾਸਿਓਂ ਉਠਾਉਣ ਦੀ ਗੱਲ, ਇਹਨੂੰ ਜਿਉਂਦਾ ਰੱਖਣ ਦੀ ਗੱਲ, ਇਹਨੂੰ ਅਣਖ ਵਾਲਾ ਸੂਬਾ ਬਣਾਉਣ ਵਾਲੀ ਗੱਲ ਕਿਸੇ ਨੇ ਨਹੀਂ ਕੀਤੀ। ਸਿਆਸਤਦਾਨ ਹੈ ਜਿਹੜੇ ਇਹ ਸਮੇਂ ਸਮੇਂ ਦੇ ਉੱਤੇ ਗੱਲਾਂ ਤਾਂ ਕਰਦੇ ਰਹੇ, ਪੰਜਾਬ ਦੀਆਂ ਵੋਟਾਂ ਵੀ ਲੈਂਦੇ ਰਹੇ, ਇਹਨਾਂ ਨੇ ਪੰਜਾਬ ਦਾ ਭਲਾ ਕਿਉਂ ਨਹੀਂ ਸੋਚਿਆ ਜੀ? ਦੇਖੋ, ਪੰਜਾਬ ਨੂੰ, ਪੰਜਾਬ ਪਹਿਲਾਂ ਵੀ ਲੁੱਟੀ ਦਾ ਰਿਹਾ ਬਾਦਸ਼ਾਹੀਆਂ ਵੇਲੇ, ਉਦੋਂ ਮਗਰੋਂ ਜਦੋਂ ਆਜ਼ਾਦੀ ਆਈ ਸੀ ਤਾਂ ਲੋਕਾਂ ਨੇ ਮਹਿਸੂਸ ਕੀਤਾ ਵੀ ਅਸੀਂ ਹੁਣ ਚੰਗੇ ਦਿਨ ਦੇਖਾਂਗੇ ਜੀ। ਪਰ ਹਾਲਾਤ ਇਹ ਬਣ ਗਏ ਕਿ ਚੰਗੇ ਦਿਨ ਆਉਣ ਦੀ ਥਾਂ ਮਾੜੇ ਦਿਨ ਹੀ ਆਏ ਹੈ, ਔਰ ਲੋਕਾਂ ਨੇ ਘਰ ਵੇਚ ਵੇਚ ਕੇ ਜਾਂ ਹੋਰ ਇੱਧਰ ਉੱਧਰ ਬਾਹਰਲੇ ਦੇਸ਼ਾਂ ਨੂੰ ਭੱਜੇ ਜਾ ਰਹੇ ਆ। ਹਾਲਾਤ ਚੰਗੇ ਨਹੀਂ ਹੋ ਰਹੇ ਆਜ਼ਾਦੀ ਆ ਜਾਣ 'ਤੇ ਵੀ। ਜੇ ਆਜ਼ਾਦੀ ਆ ਜਾਣ 'ਤੇ ਦੇਸ਼ ਦਾ ਕੁਛ ਬਣਦਾ, ਸੁਧਰਦਾ, ਤਾਂ ਲੋਕ ਸਾਡੇ ਬਾਹਰ ਨੂੰ ਨਾ ਭੱਜਦੇ, ਇੱਥੇ ਬਹਿ ਕੇ ਕਰਦੇ ਕੰਮ। ਲੇਕਿਨ ਇਹ ਹਾਲਾਤ ਨਹੀਂ ਹੋ ਸਕੇ, ਆਜ਼ਾਦੀ ਨੇ ਸਾਨੂੰ ਮਾਰਿਆ ਹੈ, ਸਾਨੂੰ ਦਿੱਤਾ ਕੁਛ ਨਹੀਂ ਜੀ। ਬਾਬਾ ਜੀ, ਕਰਿਓ, ਤੁਹਾਡੇ ਕੋਲ ਤਾਂ ਬਹੁਤ ਸਮੇਂ ਸਮੇਂ 'ਤੇ, ਇਹ ਨਹੀਂ ਵੀ ਸਿਆਸਤਦਾਨ ਵੀ ਤੁਹਾਡੇ ਤੋਂ ਰਾਇ ਲੈਣ ਆਉਂਦੇ ਰਹੇ ਆ ਵੀ ਬਾਬਾ ਜੀ ਹੁਣ ਅਸੀਂ ਕਿਹੜੇ ਪਾਸੇ ਤੁਰ ਗਏ, ਕੀ ਕਰੀਏ, ਫਿਰ ਵੀ ਕੋਈ ਬਣ ਨਹੀਂ ਸਕਿਆ, ਉਹ ਵੀ ਲੋਕ ਉਹਨਾਂ ਵਿਕਲਪ ਦੇ ਨਹੀਂ ਸਕੇ। ਬਈ ਸੁਣ ਲੈ ਗੱਲ, ਸਰਕਾਰ ਨੂੰ ਤਾਂ ਆਪਦੀ ਲੋੜ ਹੈ, ਜਿਹੜੇ ਸਰਕਾਰ ਦੇ ਮਿਨਿਸਟਰ ਵਗੈਰਾ ਵੱਡੇ ਹੈ, ਬਹੁਤ ਮਿਲਦੇ ਜੁਲਦੇ ਰਹਿੰਦੇ ਹੈ, ਉਹ ਆਪਦੇ ਕੰਮ ਸਵਾਰਨ ਲਈ ਸਾਨੂੰ ਵਰਤਦੇ ਹੈ, ਲੋਕਾਂ ਦੇ ਕੰਮ ਸਵਾਰਨ ਲਈ, ਲੋਕਾਂ ਦਾ ਭਲਾ ਕਰਨ ਲਈ, ਕਿ ਰੋਕੀ ਰੱਜ ਕੇ ਰੋਟੀ ਖਾਣ ਲੋਕ ਬਾਹਰ ਨੂੰ ਭੱਜੇ ਜਾਂਦੇ, ਬਾਹਰਲੇ ਦੇਸ਼ਾਂ ਨੂੰ, ਮਜਬੂਰੀ ਹੈ ਉਹਨਾਂ ਦੀ। ਲੇਕਿਨ ਪੰਜਾਬ ਦਾ ਬਣ ਕੁਛ ਨਹੀਂ ਰਿਹਾ ਹਾਲੇ ਤੱਕ। ਇੰਨਾ ਚਿਰ ਹੋ ਗਿਆ ਆਜ਼ਾਦੀ ਆਈ ਨੂੰ, ਸਾਡੇ ਨਾਲੋਂ ਮਗਰੋਂ, 2 ਸਾਲ ਮਗਰੋਂ ਚਾਈਨਾ ਆਜ਼ਾਦ ਹੋਇਆ ਜੀ, ਅਤੇ ਅੱਜ ਦੁਨੀਆ ਦੀ ਦੂਜੀ ਤਾਕਤ ਬਣਿਆ ਹੋਇਆ ਅਮਰੀਕਾ ਤੋਂ ਮਗਰੋਂ। ਹੁਣ ਉਹ ਹੈ, ਅਮਰੀਕਾ ਵੀ ਉਸ ਤੋਂ ਪੈ ਖਾਂਦਾ, ਅਤੇ ਸਾਡੇ ਬੰਦਿਆਂ ਨੂੰ ਜਿਹੜਾ ਮਸਲਾ ਹੈ ਉਹ ਬਿਲਕੁਲ ਹੀ ਗੱਲ ਉਲਟ ਹੋਇਆ ਪਿਆ ਜੀ।
ਕਮਲ ਸਾਹਿਬ, ਤੁਹਾਡੀਆਂ ਕਿਤਾਬਾਂ ਬਹੁਤ ਵਿਕਦੀਆਂ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਇਹ ਬਹੁਤ ਵੱਡੇ ਪੱਧਰ ਤੇ ਲੋਕਾਂ ਤੱਕ ਜਾਂਦੀ ਹੈ। ਉਹ ਲੋਕ ਪੜ੍ਹਦੇ ਤਾਂ ਹੈ, ਲੇਕਿਨ ਲੋਕ ਤਰੱਕੀ ਕਰਨ ਲਈ ਜੁੜਦੇ ਨਹੀਂ। ਇਹੋ ਜਿਹੀ ਕੋਈ ਤਹਿਰੀਕ ਨਹੀਂ ਉੱਠੀ ਪੰਜਾਬ 'ਚ ਜਿਹੜੀ ਇਹਨਾਂ ਲੁਟੇਰਿਆਂ ਤੋਂ ਬਚਾਵੇ ਅਤੇ ਲੋਕਾਂ ਦਾ ਭਲਾ ਕਰੇ ਔਰ ਇਹਨਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ ਲੋਕਾਂ ਦੀ। ਲੋਕ ਪਿੱਛੇ ਨੂੰ ਜਾ ਰਹੇ ਆ ਅਤੇ ਸਰਕਾਰ ਦੇ ਕੁਝ ਬੰਦੇ ਜਿਹੜੇ ਆ ਉਹ ਪੰਜਾਬ ਨੂੰ ਲੁੱਟਣ ਲੱਗੇ ਆ। ਇੱਕ ਹੋਰ ਤੁਹਾਡੇ ਪਿੰਡ ਨਾਲ ਜੁੜੀ ਗੱਲ ਬੜੀ ਚਰਚਾ 'ਚ ਰਹਿੰਦੀ ਹੈ ਕਿ ਲਾਲਾ ਲਾਜਪਤ ਰਾਏ, ਥੋੜ੍ਹਾ ਜਿਹਾ ਦੱਸਿਓ ਕਿ ਇਹ ਇਸ ਪਿੰਡ ਦੇ ਵਿੱਚ ਜਨਮੇ ਸੀ ਜਾਂ ਉਹਨਾਂ ਦਾ ਪਿੰਡ ਹੀ ਇਹ ਸੀ? ਦੇਖੋ, ਲਾਜਪਤ ਰਾਏ ਜਨਮੇ ਇਸ ਪਿੰਡ 'ਚ, ਪਰ ਉਹਨਾਂ ਨੇ ਜਾਂ ਤਾਂ ਲਾਹੌਰ ਸੇਵਾ ਕੀਤੀ ਹੈ, ਉਦੋਂ ਹਟ ਕੇ ਫਿਰ ਹਿੰਦੂ ਮਹਾਂਸਭਾ ਦਾ ਮਸਲਾ ਸੀ ਜਿਹੜਾ, ਉਹਨੂੰ ਵੀ ਚੁੱਕਿਆ। ਪੰਜਾਬ ਨੂੰ ਉਹਨੇ ਕੁਛ ਨਹੀਂ ਦਿੱਤਾ, ਉਹਦਾ ਨਾਂ ਹੀ ਨਾ ਵਰਤਦੇ ਹੈ। ਪੰਜਾਬ ਨੇ ਉਸ ਬੰਦੇ ਨੇ ਕੋਈ ਕੁਛ ਨਹੀਂ ਦਿੱਤਾ, ਜੇ ਕੁਛ ਨਹੀਂ ਬਣਾਇਆ ਪੰਜਾਬ ਦਾ ਢੁੱਡੀ ਕੇ ਦਾ, ਹਾਲਾਂਕਿ ਉਹ ਆਪਦੇ ਨਾਂ ਨਾਲ ਕੁਛ ਉਠਤਾਉਂਦਾ ਕਰਦਾ ਨਹੀਂ, ਲੇਕਿਨ ਨਾ ਸਰਕਾਰ ਨੇ ਅਤੇ ਨਾ ਇਹਨਾਂ ਨੇ ਕਿਸੇ ਨੇ ਨਹੀਂ, ਸਗੋਂ ਇਦੋਂ ਅਜੇ ਸਾਡੇ ਆਜ਼ਾਦੀ ਲਹਿਰ ਦੇ ਵਿੱਚ ਫਾਹੇ ਆਉਣ ਵਾਲੇ ਬੰਦੇ ਉਹ ਅਜੇ ਕੁਛ ਕਰ ਗਏ ਹੈ, ਪੰਜਾਬ ਨੂੰ ਉੱਠਦਾ ਕਰਦੇ ਹੈ, ਲੇਕਿਨ ਹੋਰ ਕਿਸੇ ਨੇ ਕੁਛ ਨਹੀਂ ਕੀਤਾ। ਇਹ ਪੰਜਾਬ ਨੂੰ ਲੁੱਟਿਆ ਹੀ ਲੁੱਟਿਆ, ਸਾਡੇ ਪਿੰਡ ਨੂੰ ਥੱਲੇ ਹੀ ਗਿਆ। ਤੁਹਾਡੇ ਪਿੰਡ ਦੇ ਬਹੁਤ ਜ਼ਿਆਦਾ ਸ਼ਹੀਦ ਹੋਏ, ਕੁਰਬਾਨੀ ਦੇ ਵਿੱਚ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਨਾਂ ਹੈ, ਪਹਿਲਾਂ ਹਾਂ ਕਿਉਂ ਨਹੀਂ ਸਾਹਮਣੇ ਆ ਸਕੇ? ਦੇਖੋ, ਉਹਨਾਂ ਮੁਤਾਬਕ ਕਿਸੇ ਨੇ ਮਗਰ ਕਿਸੇ ਜਥੇਦਾਰ ਨੇ, ਕਿਸੇ ਨੇ ਕਾਂਗਰਸ ਵਾਲੇ ਪ੍ਰਧਾਨ ਨੇ ਜਾਂ ਉਹਨਾਂ ਨੇ ਆਉਂਦੇ ਰਹੇ ਆ, ਲਾਰੇ ਬਥੇਰੇ ਲਾਉਂਦੇ ਰਹੇ ਆ, ਆਪਦਾ ਫਾਇਦਾ ਸੋਚਦੇ ਰਹੇ ਆ ਔਰ ਲੋਕਾਂ ਦਾ ਰੁਜ਼ਗਾਰ ਦਾ ਮਸਲਾ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਜੋਗਾ ਉਹਨਾਂ ਨੇ ਬਿਲਕੁਲ ਕੋਈ ਕੰਮ ਨਹੀਂ ਕੀਤਾ। ਬਾਬਾ ਜੀ, ਸਮੇਂ-ਸਮੇਂ 'ਤੇ ਬਾਪੂ ਜੀ ਨਵੀਆਂ ਧਿਰਾਂ ਵੀ ਉੱਠਦੀਆਂ ਰਹੀਆਂ ਪੰਜਾਬ 'ਚ, ਇਹ ਨਹੀਂ ਵੀ ਲੋਕਾਂ ਨੇ ਹੁੰਗਾਰਾ ਨਹੀਂ ਦਿੱਤਾ, ਹੁੰਗਾਰਾ ਵੀ ਦਿੱਤਾ ਜਿੰਨਾ ਕੁ ਲੋਕਾਂ ਤੋਂ ਸਰਿਆ, ਉਹਨਾਂ ਨੇ ਪੰਜਾਬ ਦਾ ਸਾਡੇ ਲਈ ਕੁਛ ਨਹੀਂ ਕੀਤਾ। ਜਿਹੜੀਆਂ ਉੱਠਦੀਆਂ ਰਹੀਆਂ ਉਹ ਆਪਣੀ ਆਪਣਾ ਹੁੰਗਾਰਾ ਤਾਂ ਲੀਡਰਸ਼ਿਪ ਦਾ ਜਿਹੜਾ ਇੱਥੋਂ ਚੁੱਕਦੇ ਰਹੇ ਹੈ, ਲੇਕਿਨ ਇਸ ਪਿੰਡ ਨੂੰ, ਇਸ ਪਿੰਡ ਦੀ ਕਿਸਾਨੀ ਨੂੰ ਉੱਚਿਆਂ ਚੁੱਕਣ ਦੀ ਗੱਲ ਕਿਸੇ ਨੇ ਕੋਈ ਕੁਛ ਨਹੀਂ ਕੀਤਾ। ਤੁਸੀਂ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਜਿਹੜੀ ਧਿਰ ਸਰਗਰਮ ਹੁੰਦੀ ਸੀ ਉਹਦੀ ਕਿਤੇ ਨਾ ਕਿਤੇ ਹਮਾਇਤ ਜਾਂ ਉਹਦੇ ਤੋਂ ਪ੍ਰਭਾਵਿਤ ਜੇ ਨਜ਼ਰ ਆਉਂਦੇ ਹੁੰਦੇ ਸੀ ਕਿਸੇ ਕਿਤਾਬ 'ਚ, ਅਗਲੀ ਕਿਤਾਬ ਆਉਂਦੀ ਸੀ ਹੋਰ ਧਿਰ ਹੁੰਦੀ ਸੀ, ਉਦੋਂ ਫਿਰ ਤੁਹਾਡੀ ਕੋਈ ਗੱਲ ਇਹ ਹੈ ਰਜਵੀ ਗੱਲ ਕਿਤੋਂ ਨਹੀਂ ਮਿਲੀ, ਕਿਸੇ ਸਰਕਾਰ ਤੋਂ ਨਹੀਂ ਮਿਲੀ। ਉਹਨਾਂ ਨੇ ਪੰਜਾਬ ਦਾ ਭਲਾ ਕਿਸੇ ਨੇ ਕੀਤਾ ਨਹੀਂ ਹੁਣ ਤੱਕ, ਪੰਜਾਬ ਦੇ ਲੋਕਾਂ ਨੇ ਕੁਰਬਾਨੀ ਬਥੇਰੀ ਕੀਤੀ ਆ, ਬਹੁਤ ਕੀਤੀ ਆ, ਲੇਕਿਨ ਇਹਨੂੰ ਇਹਦੇ ਜਨਮਦਾਤੇ ਜਿਹੜੇ ਜਿਨ੍ਹਾਂ ਨੇ ਇਹਨੂੰ ਹਿਲਾਇਆ ਉਠਾਇਆ ਉਹਦੇ ਬਾਰੇ ਕੁਛ ਨਹੀਂ ਕੀਤਾ। ਇੱਕ ਨਾ ਜੀ ਤੁਹਾਡੀ ਕਿਤਾਬ ਹੈ ਪੰਜਾਬੀ ਉਹ ਜੀਣਾ ਕੇ ਮਰਨਾ ਜੀ, ਉਹਦੇ 'ਚ ਤੁਸੀਂ ਲਿਖਦੇ ਹੋ ਵੀ ਜਿਹੜੇ ਬਾਹਰ ਜਾ ਰਹੇ ਆ, ਮਤਲਬ ਅਸਲ 'ਚ ਉਹ ਆਪਦੀ ਮਿੱਟੀ ਨੂੰ ਇੱਕਦਮ ਬੇਦਾਵਾ ਲਿਖ ਕੇ ਜਾਣ ਵਾਲੀ ਗੱਲ ਹੈ, ਕਿਉਂਕਿ ਸਮੱਸਿਆ ਤਾਂ ਪੰਜਾਬ 'ਚ ਖੜੀ ਆ, ਪੰਜਾਬ 'ਚ ਹੀ ਰਹਿ ਕੇ ਹੱਲ ਕਰਨੀ ਪਊਗੀ। ਕਿਉਂ ਲੱਗਦਾ? ਕਿਉਂਕਿ ਲੋਕ ਕਹਿੰਦੇ ਵੀ ਬਾਹਰ ਸੰਭਾਵਨਾਵਾਂ ਜ਼ਿਆਦਾ। ਦੇਖੋ, ਉਹ ਲੋਕ ਜਿਹੜੇ ਸੀ
ਕੋਈ ਬਹੁਤੇ ਸਿਆਣੇ ਨਹੀਂ ਸੀ, ਉਹ ਬੇਰੁਜ਼ਗਾਰੀ ਕਰਕੇ ਇੱਥੇ ਇੱਥੇ ਘਰ ਪੂਰਾ ਨਾ ਹੋਣ ਕਰਕੇ ਬਾਹਰ ਗਏ ਤਾਂ ਕਿ ਰੋਟੀ ਮਿਲ ਸਕੇ। ਉਹ ਰੋਟੀ ਲਈ ਤਾਂ ਇਹ ਗੱਲ ਕੀਤੀ ਉਹਨਾਂ ਨੇ, ਉੱਥੇ ਵੱਸ ਗਏ, ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਜੋ ਵਤਨ ਪ੍ਰਸਤੀ ਦੀ ਗੱਲ ਸੀ ਜਾਂ ਪਿੰਡ ਨਾਲ ਪਿਆਰ ਦੀ ਗੱਲ ਸੀ, ਪਿੰਡ ਨੂੰ ਉਠਾਉਣ ਦੀ ਗੱਲ ਸੀ, ਉਹ ਕਿਸੇ ਨੇ ਨਹੀਂ ਕੀਤੀ ਜੀ। ਅਤੇ ਤੁਸੀਂ ਮਲਾਇਆ ਤੋਂ ਵਾਪਸ ਆ ਗਏ? ਉਹ ਮਲਾਇਆ 'ਚ ਮੈਂ 2.5 ਸਾਲ ਉੱਥੇ ਨੌਕਰੀ ਕਰਦਾ ਰਿਹਾ। $15 ਤਨਖਾਹ ਹੁੰਦੀ ਸੀ ਮੇਰੀ ਮਹੀਨੇ ਦੀ, ਔਰ ਉਹ 15 'ਚੋਂ $10-12 ਇਹ ਸਨ 35 ਦੀ ਗੱਲ ਆ, 35-36 ਅਤੇ 37। ਉਦੋਂ 37 ਤੋਂ ਬਾਅਦ ਮੈਂ ਵਾਪਸ ਆ ਗਿਆ, 2.5 ਸਾਲ ਉੱਥੇ ਰਿਹਾ ਮੈਂ, ਵਾਪਸ ਆ ਗਿਆ। ਮੈਨੂੰ ਮੇਰੇ ਘਰਦਿਆਂ ਨੇ ਸੱਦ ਲਿਆ, ਮੇਰੇ ਵੱਡੇ ਭਰਾ ਨੇ ਇੱਕ ਇਲੈਕਸ਼ਨ ਲੜ ਲਈ, ਉਹਦੇ 'ਚ ਜਿੱਤ ਤਾਂ ਗਿਆ, ਕਰਜ਼ਾ ਸਿਰ ਬਹੁਤ ਚੜ੍ਹ ਗਿਆ। ਇਸ ਤਰ੍ਹਾਂ ਕਰਕੇ ਮੈਨੂੰ ਮੁੜ ਕੇ ਆਉਣਾ ਪਿਆ ਇੱਥੇ, ਅਤੇ ਮੇਰਾ ਉੱਥੇ ਇੱਕ ਸੰਬੰਧ ਚੀਨੀ ਕੁੜੀ ਨਾਲ ਪੈ ਗਿਆ ਸੀ, ਮੈਂ ਉੱਥੇ ਵਿਆਹ ਕਰਾਉਂਦਾ ਕਰਾਉਂਦਾ ਬਚ ਗਿਆ ਅਤੇ ਮੈਂ ਵਾਪਸ ਆ ਗਿਆ। ਮੈਂ ਉਹਨੂੰ ਕਿਹਾ ਵੀ ਮੇਰੇ ਨਾਲ ਪਿੰਡ ਚੱਲ, ਉੱਥੇ ਵਿਆਹ ਕਰਾ ਲਵਾਂਗੇ। ਉਹ ਆਦੀ ਮੇਰੀ ਮਾਂ ਬਿਮਾਰ ਹੈ ਅਤੇ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦੀ। ਉਹ ਮੈਂ 2 ਸਾਲ ਬਾਅਦ ਜਦੋਂ ਵਾਪਸ ਗਿਆ, ਉਦੋਂ ਨੂੰ ਉਹ ਉੱਥੋਂ ਉੱਠ ਕੇ ਪਤਾ ਨਹੀਂ ਈਪੂ ਸ਼ਹਿਰ ਚਲੇ ਗਏ, ਕਿੱਥੇ ਚਲੇ ਗਏ। ਮੈਂ ਪਾਲਿਆ ਵੀ ਉਹ ਮੈਨੂੰ ਨਹੀਂ ਠਿਆਏ, ਮੈਂ ਉਹ ਖਹਿੜਾ ਛੱਡਤਾ। ਨਹੀਂ ਉਹਨਾਂ ਦੇ ਪਾਤਰ ਬਣ ਕੇ ਕਦੇ ਆਈ ਉਹ? ਨਹੀਂ, ਉਹਨਾਂ ਦੇ ਸੂਰ ਚਾਰਨੇ ਪੈਣੇ ਸੀ ਅਗਲਿਆਂ ਨੇ, ਜਿਹੜੀਆਂ ਕਈਆਂ ਨੇ ਮਹੀਆਂ ਚਾਰੀਆਂ ਬਖਸ਼ ਅਤੇ ਮੈਨੂੰ ਉਹਨਾਂ ਦੇ ਸੂਰ ਚਾਰਨੇ ਪੈਣੇ ਸੀ। ਅਤੇ ਉਹ ਮੈਂ ਕਿਹਾ ਕਵਿਤਾ ਦੇ ਵਿੱਚ ਜਾਂ ਕਿਤੇ ਕੋਈ ਪਾਤਰ ਬਣ ਕੇ ਫਿਰ ਆਈ ਉਹ ਤੁਹਾਡੇ ਨਾਵਲਾਂ 'ਚ? ਨਹੀਂ, ਕੋਈ ਗੱਲ ਨਹੀਂ ਬਣ ਸਕੀ। ਅਸਲ ਗੱਲ ਇਹ ਹੈ ਬਈ, ਮੈਂ ਉਦੋਂ ਬਹੁਤਾ ਇੱਥੋਂ ਵਿਚਾਲੋਂ ਛੱਡ ਕੇ 9ਵੀਂ 10ਵੀਂ 'ਚੋਂ ਕੱਚੀਆਂ ਹੀ ਮੈਂ ਉੱਧਰ ਚਲਾ ਗਿਆ। ਮੇਰੇ ਕੋਲ ਪੈਸੇ ਥੋੜ੍ਹੇ ਜਿਹੇ ਸੀਗੇ, ਉਹਨਾਂ ਥੋੜ੍ਹੇ ਜਿਹੇ ਪੈਸਿਆਂ ਨਾਲ ਮੈਂ 12 ਰੁਪਈਏ ਦੇ ਕੇ ਹੌੜੇ ਪਹੁੰਚਿਆ ਲੁਧਿਆਣੇ ਤੋਂ। ਉੱਥੋਂ 29 ਦੁਪਹਿਰੇ ਦੇ ਕੇ ਮੈਂ ਪੀਨਾਂਗ ਪਹੁੰਚਿਆ ਬਾਈ ਸ਼ਿਪ ਜੀ। ਉੱਥੇ ਸਾਡਾ ਇੱਕ ਰਿਸ਼ਤੇਦਾਰ ਸੀ, ਮੈਂ ਉਹਦੇ ਕੋਲ ਚਲਾ ਗਿਆ। ਉਹਦੇ ਕੋਲ ਰਹਿਣ ਨਾਲ ਮੈਨੂੰ $15 ਮਹੀਨੇ ਦੀ ਤਨਖਾਹ ਮਿਲਣ ਲੱਗੀ, ਅਤੇ ਰਾਤ ਦਾ ਸਾਰੀ ਰਾਤ ਜਾਗਣਾ। ਉਹ ਦੁਕਾਨਾਂ ਸੀ, ਉਹਨਾਂ ਦੁਕਾਨਾਂ ਦੀ ਰਾਖੀ ਕਰਨੀ। ਉੱਥੇ ਹੀ ਉਹ ਕੁੜੀ ਸੀ, ਉਹਦੀ ਮਾਂ ਕੰਮ ਕਰਦੀ ਸੀ, ਉਹਨਾਂ ਦਾ ਉੱਥੇ ਹੋਰ ਬੰਦੇ ਸੀਗੇ। ਇਸ ਤਰ੍ਹਾਂ ਉਹ ਸੰਬੰਧ ਜੁੜੇ ਵੀ ਟੁੱਟ ਗਏ। ਮੈਂ ਵਾਪਸ ਆ ਗਿਆ, ਮੁੜ ਕੇ ਗਿਆ, ਉਹਨਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਚਲੇ ਗਏ। ਮੈਂ ਬਚ ਗਿਆ, ਨਹੀਂ ਉਹਨਾਂ ਦੇ ਸੂਰ ਚਾਰਨੇ ਪੈਣੇ ਸੀ। ਇੱਕ ਬਾਪੂ ਜੀ, ਤੁਹਾਡੀਆਂ ਕਿਤਾਬਾਂ ਦੇ ਵਿੱਚ ਨਾ ਜੋ ਪੰਜਾਬੀ ਹੈ ਉਹਦੀ ਖੂਬਸੂਰਤੀ ਬੜੀ ਮਤਲਬ ਉੱਭਰ ਕੇ ਆਉਂਦੀ ਆ ਸਾਹਮਣੇ, ਤੁਹਾਨੂੰ ਸਾਰੇ ਪੜ੍ਹਦੇ ਆ, ਤੁਸੀਂ ਕਿਹਨੂੰ ਪੜ੍ਹਿਆ ਜ਼ਿੰਦਗੀ ਦੇ ਵਿੱਚ ਜੋ ਲੇਖਕ ਤੁਹਾਨੂੰ ਪ੍ਰਭਾਵਿਤ ਕਰਦੇ ਰਹੇ ਆ? ਮੈਂ ਤਕਰੀਬਨ ਜਿੰਨਾ ਕੁ ਪੰਜਾਬੀ ਸਾਹਿਤ ਛਪਿਆ ਹੈ ਉਹਦੇ ਵਿੱਚ ਜੀ ਗੁਜ਼ਰਿਆ, ਲੰਘਿਆ, ਪੜ੍ਹਿਆ, ਇਸ ਕਰਕੇ ਵੀ ਪੜ੍ਹਿਆ ਕਿ ਨਾ ਹੋਰ ਕੁਛ ਮਿਲੇ ਤਾਂ ਸ਼ਬਦਾਂ ਦੀ ਵੋਕੈਬਲਰੀ ਜਿਹੜੀ ਹੈ ਉਹ ਮੇਰੇ ਸਿਰ 'ਚ ਜਮ੍ਹਾਂ ਹੋ ਜਾਏਗੀ ਅਤੇ ਮੈਨੂੰ ਆਪ ਲਿਖਣ ਵਿੱਚ ਮਦਦ ਕਰੇਗੀ। ਉਹ ਵੀ ਮੈਨੂੰ ਇੱਕ ਪ੍ਰੋਫੈਸਰ ਹੁੰਦਾ ਸੀ ਜਪਾਨ ਤੋਂ ਹੋ ਕੇ ਆਇਆ ਉਹ ਜੀ, ਉਹਦਾ ਨਾਮ ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਮੈਂ ਆਇਆ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਜੀ। ਮੈਂ ਉਹ ਤੋਂ ਪ੍ਰਭਾਵਿਤ ਹੋਇਆ। ਪ੍ਰੋਫੈਸਰ ਪੂਰਨ ਸਿੰਘ ਤਾਂ ਨਹੀਂ ਸੀ? ਹਾਂ,
ਪ੍ਰੋਫੈਸਰ ਪੂਰਨ ਸਿੰਘ, ਹਾਂਜੀ, ਉਹ ਬੰਦਾ ਆ ਪੰਜਾਬ ਦੀ ਅਣਖ ਵਾਲਾ ਸੀ। ਬਾਕੀ ਜਿੰਨੇ ਸੀ ਸ਼ਾਇਰ ਵੱਡੇ, ਸਾਰਿਆਂ ਨੇ ਪੰਜਾਬ ਨੂੰ ਖਾਧਾ, ਪੰਜਾਬ ਦਾ ਬਣਾਇਆ ਕਿਸੇ ਨੇ ਕੁਛ ਨਹੀਂ। ਇਸ ਕਰਕੇ ਪੰਜਾਬ 'ਚੋਂ ਜਿਹੜੀ ਕੋਈ ਨਵੀਂ ਲਹਿਰ ਉੱਠਣੀ ਚਾਹੀਦੀ ਸੀ ਉਹ ਉੱਠੀ ਨਹੀਂ, ਔਰ ਜਿਹੜੀਆਂ ਉੱਠੀਆਂ ਉਹ ਸਾਰੀਆਂ ਖਾਣ ਵਾਲੀਆਂ ਹੀ ਉੱਠੀਆਂ। ਇੱਕ ਰਾਤ ਬਾਕੀ ਹੈ ਤੁਹਾਡਾ ਜਿਹੜਾ ਨਾਵਲ ਹੈ ਉਹਦਾ ਖਿਆਲ ਕਿਵੇਂ ਆ, ਕਿਉਂਕਿ ਉਹ ਵੀ ਲਹਿਰ 'ਤੇ ਆ, ਕਿਸਾਨੀ ਨੂੰ ਲੈ ਕੇ ਬੜਾ ਖੂਬਸੂਰਤ ਤੁਸੀਂ ਲਿਖਿਆ, ਹਾਲਾਂਕਿ ਉਹ ਸਾਨੂੰ ਵੀ ਪਤਾ ਉਹ 'ਚ ਦਿਖਾਂਤ ਆ ਜਿਹੜਾ ਉਹ ਵਾਪਰਦਾ ਉਹਦੇ 'ਚ। ਮੈਂ ਹੁਣ ਚੇਤਨਤਾ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਬਈ ਇਹ ਮਤ ਖਿਆਲ ਕਰਿਓ ਵੀ ਦੇਸ਼ ਆਜ਼ਾਦ ਹੋ ਗਿਆ, ਨਹੀਂ ਰਾਤ ਬਾਕੀ ਆ ਉਵੇਂ ਹੀ। ਜਦ ਮੇਰਾ ਮਤਲਬ ਸੀ ਵੀ ਲੁੱਟਣ ਸੁੱਟਣ ਵਾਲੀ ਗੱਲ ਜਿਹੜੀ ਪੰਜਾਬ 'ਚ ਹੈਗੀ ਹੈ ਉਹ ਹਾਲੇ ਚਾਲੂ ਹੈ, ਉਹ ਆਈ ਨਹੀਂ। ਜਿਸ ਤਰ੍ਹਾਂ ਦੀ ਆਜ਼ਾਦੀ ਲੋਕਾਂ ਨੂੰ ਸੁੱਖ ਦੇਣ ਵਾਲੀ ਮਿਲਣੀ ਚਾਹੀਦੀ ਸੀ ਉਹ ਮਿਲੀ ਨਹੀਂ। ਕੰਵਰ ਸਾਹਿਬ, ਪੰਜਾਬ ਦੇ ਲੇਖਕ ਇਹ ਰੋਣਾ ਰੋਂਦੇ ਆ ਕਿ ਸਾਡੀਆਂ ਕਿਤਾਬਾਂ ਵਿਕਦੀਆਂ ਨਹੀਂ, ਤੁਹਾਡੇ ਵਾਲੀਆਂ ਖੜਦੀਆਂ ਨਹੀਂ, ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਐਸੀ ਆ ਕਿ ਤੁਹਾਡੀਆਂ ਕਿਤਾਬਾਂ ਜਿਹੜੀਆਂ ਉਹ ਲਗਾਤਾਰ ਵਿਕ ਰਹੀਆਂ, ਹਰ ਗੱਲ ਹੈ ਜਿਹੜੀ ਇਹਦੇ 'ਚ ਨਵੀਂ ਹੁੰਦੀ ਹੈ? ਉਹ ਮੈਨੂੰ ਬਹੁਤਾ ਕੁਛ ਮੇਰੇ ਪਬਲਿਸ਼ਰ ਨਹੀਂ ਦੱਸਦੇ, ਉਹ ਸਾਰੇ ਖਾਣ ਵਾਲੇ ਆ। ਮੈਨੂੰ ਤਾਂ ਐਵੇਂ ਰਹੇ ਥੋੜ੍ਹੇ ਕੋਈ ਪੈਸੇ ਦਿੰਦੇ ਆ, ਹੁਣ ਮੇਰੇ ਮੈਨੂੰ ਉਹਨਾਂ ਨੇ 2-3 ਵੱਡੇ ਪਬਲਿਸ਼ਰ ਸੀ ਉਹਨਾਂ ਨੇ ਦੇਣੇ ਹੀ ਬੰਦ ਕਰਤੇ। ਦਿਲ ਦੇ ਨੇੜੇ ਕਿਹੜੀ ਰਚਨਾ ਤੁਹਾਡੀ, ਜਿਵੇਂ ਕਿਹਾ ਜਾਂਦਾ ਮਿੱਤਰ ਪਿਆਰੇ ਨੂੰ ਤੁਹਾਡੀ ਮਤਲਬ ਸਾਰੇ ਪੰਜਾਬੀ ਮੰਨਦੇ ਆ ਵੀ ਸਭ ਤੋਂ ਖੂਬਸੂਰਤ ਰਚਨਾ ਮੰਨਦੇ ਆ, ਤੁਹਾਡੇ ਦਿਲ ਦੇ ਨੇੜੇ ਕਿਹੜੀ ਰਚਨਾ ਤੁਹਾਡੀ? ਉਸ ਕਿਤਾਬ ਦੇ ਵਿੱਚ ਰਚਨਾ ਵਿੱਚ ਇੱਕ ਡਾਕਟਰ ਕੁੜੀ ਮੇਰੇ ਨਾਲ ਜੁੜ ਗਈ ਸੀ, ਡਾਕਟਰ ਜਸਵੰਤ ਗਿੱਲ, ਉਹਦਾ ਜਿਹੜਾ ਪ੍ਰਭਾਵ ਸੀ ਉਹ ਮੈਨੂੰ ਚਲਾਉਂਦੀ ਸੀ। ਮੈਂ ਕਿਹਾ ਵੀ ਤੂੰ ਮੇਰੇ ਨਾਲ ਤੁਰੋ, ਉਹਨੇ ਅਸਤੀਫਾ ਦੇ ਦਿੱਤਾ, ਆਦੀ ਮੈਂ ਆ ਗਈ ਹਾਂ, ਚੱਲ ਜਿਹੜਾ ਕੁਛ ਕਰਨਾ ਕਰ। ਮੈਂ ਉਹ ਘਰ ਜਿਹੜਾ ਉੱਧਰ ਪਾਇਆ ਹੋਇਆ ਉਹਦੇ ਵਾਸਤੇ ਹੀ ਪਾਇਆ ਸੀ, ਉਹ ਇੱਥੇ ਰਹੀ ਹੈ ਕਾਫੀ ਚਿਰ, ਨਾਲ ਜੁੜੀ ਮੇਰੇ ਰਹੀ ਹੈ। ਮੈਂ ਉਹਨੂੰ ਲਿਖਣ ਵੱਲ ਲਾਇਆ, ਉਹਦੇ 15-20 ਕਿਤਾਬਾਂ ਸਿਹਤ ਵਿਗਿਆਨ 'ਤੇ ਲਿਖੀਆਂ। ਉਹ ਮੇਰੇ ਆਖੇ ਲੱਗਦੀ ਸੀ ਪਰ ਮੈਨੂੰ ਚਲਾਉਂਦੀ ਵੀ ਸੀ, ਇਹ ਨਹੀਂ ਗੱਲ, ਮੈਨੂੰ ਉਹਦੀ ਸਿਆਣਪ ਨੇ ਮਾਰਿਆ, ਮੈਂ ਉਹਦੇ ਮਗਰ ਲੱਗਾ ਰਿਹਾ। ਕਦੇ ਕਦੇ ਸਿਆਣਪ ਵੀ ਲੈ ਪੈਂਦੀ ਹੈ। ਗੱਲ ਇਹ ਹੈ ਬਈ ਕੋਈ ਚੱਜ ਦੀ ਗੱਲ ਤੁਹਾਨੂੰ ਸੁਝਾਵੇ, ਨਵੀਂ ਗੱਲ ਤਾਂ ਬੰਦੇ ਨੂੰ ਮੰਨਣੀ ਪੈਂਦੀ ਆ, ਉਹਦੇ ਮਗਰ ਲੱਗਣਾ ਪੈਂਦਾ। ਜੀ ਉਹ ਇੱਕ ਜਨਾਨੀ ਨਾਲੋਂ ਸਾਥਣ ਬਹੁਤੀ ਸੀ, ਉਹਨੂੰ ਸਾਹਿਤ ਦੀ ਸਮਝ ਸੀ। ਇੱਕ ਜਵਾਨਬੰਦੀ ਦਾ ਦੌਰ, ਕਲਮਬੰਦੀ ਦਾ ਦੌਰ ਲਗਾਤਾਰ ਚੱਲਦਾ ਰਿਹਾ। ਤੁਸੀਂ ਦੂਜਾ ਜ਼ਫਰਨਾਮਾ ਲਿਖਿਆ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੌਜੂਦਾ ਸਰਕਾਰ ਦੇ ਉਲਟ ਜਾਂਦੀਆਂ ਲਿਖੀਆਂ, ਕਦੇ ਕੋਈ ਇਹੋ ਜਿਹੇ ਦੌਰ ਦਾ ਸਾਹਮਣਾ ਕਰਨਾ ਪਿਆ? ਗੱਲ ਇਹ ਹੈ ਬਈ ਲੋਕਾਂ ਦੀ ਸਰਕਾਰ ਦਾ ਨਾਰਾ ਤਾਂ ਦਿੰਦੇ ਆ ਪਰ ਲੋਕਾਂ ਦੀ ਸਰਕਾਰ ਆਈ ਕੋਈ ਨਹੀਂ, ਆਈ ਹੁੰਦੀ ਤਾਂ ਲੋਕ ਪਾਸਪੋਰਟ ਬਣਾ ਕੇ ਬਾਹਰਲੇ ਮੁਲਕਾਂ ਨੂੰ ਨਾ ਭੱਜਦੇ, ਅਮਰੀਕਾ ਕਰਿਆ ਨਹੀਂ। ਔਰ ਮੈਂ ਉੱਥੇ ਬਾਹਰ ਬੰਦੇ ਫਿਰਦੇ ਨੂੰ, ਮੇਰਾ ਖਿਆਲ ਮੈਂ 4 ਵਾਰੀ ਉੱਥੇ ਕੈਨੇਡਾ ਵਗੈਰਾ, ਅਮੈਰੀਕਾ ਵਗੈਰਾ ਫਿਰਿਆ ਆ, ਯੂਰਪ 'ਚ ਫਿਰਿਆ, ਉਹ ਸਾਰੇ ਧੱਕੇ ਖਾ ਰਹੇ ਆ। ਖਾਸ ਨਹੀਂ, ਕੁਝ ਬੰਦਿਆਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹ ਉੱਥੋਂ ਦੇ ਹੀ ਹੋ ਗਏ, ਉਹ ਮਿਲਣ ਤਾਂ ਆਉਂਦੇ ਆ ਪਰ ਉਹਨਾਂ ਨੇ ਉੱਥੇ ਹੀ ਆਪਦੇ ਮੁਕਾਮ ਬਣਾ ਲਏ ਆ, ਉਹ ਅਜੇ ਉੱਥੇ ਧੱਕੇ ਜੋ ਖਾਵਾਂਗੇ ਪੰਜਾਬ 'ਚ, ਉਦੋਂ ਇੱਥੇ ਚੰਗੇ ਪੈਸੇ ਮਿਲਦੇ ਆ।
ਹਾਲਾਤ ਜਿਹੜੇ ਆ ਪੰਜਾਬ ਨੂੰ ਆਜ਼ਾਦੀ ਨੇ ਵੀ ਮਾਰਿਆ। ਜੇ ਪੰਜਾਬੀ ਨੇ ਕੁਛ ਦਿੱਤਾ ਹੁੰਦਾ, ਪੰਜਾਬ ਨੇ ਕੁਛ ਸਵਾਰਿਆ ਹੁੰਦਾ ਤਾਂ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਾਰੇ ਹਿੰਦੁਸਤਾਨ 'ਚ, ਅਤੇ ਅੱਜ ਇੱਕ ਸਾਰਿਆਂ ਨਾਲੋਂ ਕਰਜ਼ਾਈ ਹੋਇਆ ਹੋਇਆ ਇੱਕ ਨੰਬਰ ਦਾ ਗਰੀਬ ਸੂਬਾ ਹੋਇਆ ਪਿਆ ਜੀ। ਪਾਰਟੀਸ਼ਨ ਦਾ ਕਿੰਨਾ ਕੁ ਨੁਕਸਾਨ ਹੋਇਆ ਜੀ ਸਾਨੂੰ? ਹਾਂਜੀ, 1984 ਦਾ 47 ਦਾ ਕਿੰਨਾ ਕੁ ਨੁਕਸਾਨ ਹੋਇਆ? 47 'ਚ ਪਾਕਿਸਤਾਨ ਦੀ ਗੱਲ ਛੱਡਦੇ ਹੋ ਤੁਸੀਂ, ਆਪਣਾ ਕਿੰਨਾ ਨੁਕਸਾਨ ਹੋਇਆ ਪੰਜਾਬਾਂ ਦਾ ਦੋ ਬਣ ਕੇ? ਗੱਲ ਇਹ ਹੈ ਬਈ ਜਦੋਂ ਪੰਜਾਬ ਪਾਟ ਗਿਆ ਉਦੋਂ ਹੀ ਉਹਦੀ ਆਮਦਨ ਘੱਟ ਗਈ ਇੱਕ ਗੱਲ, ਪਰ ਉਸ ਦੇ ਬਾਵਜੂਦ ਜਿੰਨੇ ਕੁ ਰਹਿ ਗਏ 13-14 ਜ਼ਿਲ੍ਹੇ ਉਹਨਾਂ ਵਿੱਚ ਵੀ ਸਾਡੇ ਕਿਸਾਨਾਂ ਨੇ ਮਿਹਨਤ ਕੀਤੀ ਔਰ ਲੋਕਾਂ ਨੂੰ ਰਜਾਇਆ, ਹਿੰਦੁਸਤਾਨ ਨੂੰ ਭੁੱਖੇ ਨਹੀਂ ਹੋਣ ਦਿੱਤਾ। ਔਰ ਜਦੋਂ ਹੁਣ ਹੋਰ ਉਹਦੇ ਨਾਲ ਜ਼ਮੀਨ ਟੁੱਟ ਗਈ ਅਤੇ ਉਹ ਥੋੜ੍ਹਾ ਰਹਿ ਗਿਆ, ਹੁਣ ਇਹ ਆ ਵੀ ਲੋਕਾਂ ਨੂੰ ਭਾਜੜ ਪੈ ਗਈ ਅਤੇ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕੀਤਾ, ਔਰ ਬਾਹਰ ਜਾਣ ਦੇ ਨਾਲ ਉਹਨਾਂ ਨੂੰ ਓਨਾ ਹਾਸਲ ਨਹੀਂ ਹੋਇਆ ਜਿੰਨਾ ਉਹਨਾਂ ਨੇ ਗੁਆਇਆ। ਸਹੀ, ਸਾਡੀ ਸਰਦਾਰੀ ਕਿਉਂ ਚੁੱਭਦੀ ਹੈ? ਹੈਂ, ਕੇਂਦਰ ਨੂੰ ਜਾਂ ਹੋਰਾਂ ਥਾਵਾਂ ਸਰਕਾਰਾਂ ਨੂੰ ਪੰਜਾਬ ਕਿਉਂ ਚੁੱਭਦਾ, ਕਿਉਂ ਨਹੀਂ ਪਾਉਂਦਾ ਪੰਜਾਬ? ਗੱਲ ਇਹ ਹੈ ਵੀ ਪੰਜਾਬ ਦੇ ਆਗੂ ਜਿਹੜੇ ਹੋਏ ਆ ਉਹ ਪੰਜਾਬ ਦੇ ਹਿੱਤਾਂ ਲਈ ਨਹੀਂ ਖੜ੍ਹੇ, ਉਹ ਆਪਣੀਆਂ ਜਾਇਦਾਦਾਂ ਤਾਂ ਉਹਨਾਂ ਨੇ ਬਣਾਈਆਂ ਲੇਕਿਨ ਆਮ ਲੋਕਾਂ ਦੀ ਜ਼ਿੰਦਗੀ ਨਹੀਂ ਬਣਾਈ, ਉਹਦੇ 'ਚ ਲੋਕ ਧੱਕੇ ਹੀ ਖਾ ਰਹੇ ਹੈ ਔਰ ਕੰਮ ਕਰ ਰਹੇ ਹੈ, ਦਿਨੋਂ ਦਿਨ ਟੁੱਟਦਾ ਜਾ ਰਿਹਾ। ਬਾਪੂ ਜੀ, ਸਾਡੇ 99 ਸਾਲ ਹਾਂ ਥੋੜ੍ਹੇ ਜਿਹੇ ਚਿਰ ਰਹਿ ਗਏ, ਖਿੱਚ ਕੇ ਲੈ ਜਾਣਾ ਸੀ ਸੋਮੀ ਜੀ, ਇੱਕ ਸਦੀ ਦਾ ਨਾਇਕ ਹੋ ਨਿਬੜਨਾ ਸਾਡਾ ਬਾਪੂ, ਹੋਰ ਕੋਈ ਸੁਪਨਾ ਜਿਹੜਾ ਸੁਣੋ ਐਂ ਲੱਗਦਾ ਕਿ ਆਹ ਰਹਿੰਦਾ? ਮੈਨੂੰ ਹਾਲੇ ਹਾਲਾਤ ਪੰਜਾਬ ਦੇ ਚੰਗੇ ਨਹੀਂ ਲੱਗਦੇ, ਕਿਉਂਕਿ ਜਿਹੜੇ ਬੰਦੇ ਆਗੂ ਆਉਂਦੇ ਆ ਉਹ ਪੰਜਾਬ ਨੂੰ ਲੁੱਟਣ ਵਾਲੇ ਹੀ ਆਉਂਦੇ ਆ, ਪੰਜਾਬ ਦਾ ਬਣਾਉਣ ਵਾਲਾ, ਲੋਕਾਂ ਨੂੰ ਠਹਿਰਾਉਣ ਵਾਲਾ, ਲੋਕਾਂ ਦੀ ਜਿਹੜੀ ਸ਼ਕਤੀ ਹੈ ਉਸ ਨੂੰ ਠੀਕ ਢੰਗ ਨਾਲ ਵਰਤਣ ਵਾਲਾ ਕੋਈ ਬੰਦਾ ਨਹੀਂ ਆਇਆ, ਕੋਈ ਲੀਡਰ ਨਹੀਂ ਆਇਆ। ਇੱਕ ਬੰਦਾ ਲੈਲਪੁਰ ਦਾ ਕਰਤਾਰ ਸਿੰਘ ਸੀ, ਉਹ ਛੇਤੀ ਮਰ ਗਿਆ, ਲੇਕਿਨ ਬਾਕੀ ਸਾਰੇ ਜਿਹੜੇ ਹੈ ਉਹਨੇ ਕੁਛ ਨਹੀਂ ਸੀ ਬਣਾਇਆ, ਉਹਨੇ ਲੋਕਾਂ ਦੀ ਸੇਵਾ ਕੀਤੀ ਹੈ, ਬਾਕੀ ਸਾਰੇ ਲੋਕ ਜਿਹੜੇ ਹੈ ਉਹ ਲੁੱਟਣ ਖੁੜੇ ਆ ਗਏ ਹੈ। ਤੁਸੀਂ ਬਾਪੂ ਜੀ ਇਹ ਵੀ ਕਦੇ ਕਹਿੰਦੇ ਹੁੰਦੇ ਸੀ ਵੀ ਪੰਜਾਬ 'ਚ ਮਨਪ੍ਰੀਤ ਕੁਛ ਕਰ ਸਕਦਾ, ਬਦਲ ਸਕਦਾ ਬਾਦਲ, ਉਹ ਤੁਹਾਡੇ ਕੋਲ ਉਦੋਂ ਰਾਏ ਮੰਗਣ ਵੀ ਆਇਆ ਸੀ, ਬਾਅਦ 'ਚ ਉਹਨਾਂ ਨੇ ਸਹੁੰ ਚੁੱਕੀ ਪਾਰਟੀ ਬਣਾ ਲਈ, ਤੁਸੀਂ ਹਾਲਾਂਕਿ ਉਹਨਾਂ ਨੂੰ ਰੋਕਿਆ ਵੀ ਸੀ ਉਦੋਂ। ਵੈਸੇ ਇੱਕ ਗੱਲ, ਉਹ ਮੇਰਾ ਮਾੜਾ ਮੋਟਾ ਦੋਸਤ ਰਿਹਾ, ਹਾਂਜੀ ਮਿਲਿਆ, ਦੋ ਵਾਰੀ ਮੇਰੇ ਕੋਲ ਘਰ ਇੱਥੇ ਆਇਆ, ਮਿਨਿਸਟਰ ਹੁੰਦਾ ਵੀ, ਮਿਨਿਸਟਰ ਹੁੰਦਾ ਹੋਇਆ ਮੇਰੇ ਕੋਲ ਰਹਿ ਲੈਣ ਆਇਆ ਕਿ ਵੀ ਮੈਂ ਮਿਨਿਸਟਰੀ ਛੱਡ ਰਿਹਾ, ਔਖਾ ਹੈ ਉੱਥੇ। ਮੈਂ ਕਿਹਾ ਕਰੇਗਾ ਕੀ, ਮੈਂ ਕਿਹਾ ਕਰਨ ਵਾਲੀ ਗੱਲ ਬੜੀ ਵੱਡੀ ਹੈ, ਤੂੰ ਹਰੇ ਇਹਦੇ 'ਚ ਰੁੱਝਿਆ ਰਹਿ, ਤਕੜਾ ਕਹਿ, ਲੋਕਾਂ 'ਚ ਆਪਣੀ ਸਾਖ ਬਣਾ। ਉਹ ਰੁੱਝਿਆ ਰਿਹਾ, ਉਹਦੀ ਨਾ ਬੜੀ ਗੱਲ, ਅਤੇ ਉਹਨੇ ਅਸਤੀਫਾ ਦੇ ਕੇ ਬਾਹਰ ਆ ਗਿਆ, ਉਹਨੇ ਹਾਲੇ ਤੱਕ ਰਿਸ਼ਵਤ ਨਹੀਂ ਖਾਧੀ। ਮੰਤਰੀ ਬਣ ਕੇ ਵੀ? ਹੁਣ ਮੰਤਰੀ ਬਣ ਕੇ ਵੀ ਇੱਕ ਗੱਲ, ਉਹਦੇ ਬਾਪ ਨੇ ਖਾਧੀ ਹੈ, ਉਹਦੇ ਬਾਪ ਵੱਡੇ ਸੀ ਜਿਹੜੇ, ਇਹਦਾ ਭਰਾ ਸਾਡੇ ਬਾਦਲ ਦਾ, ਉਹ ਸਾਰੇ ਹੀ ਖਾਂਦੇ ਰਹੇ ਆ, ਉਹਨਾਂ ਦਾ ਗੁਜ਼ਾਰਾ ਹੀ ਨਹੀਂ ਬਗੈਰ
ਲੁੱਟ ਪੁੱਟ ਕਰੇਦਾ, ਇਹਨੇ ਹਾਲੇ ਤੱਕ ਨਹੀਂ ਖਾਧੀ, ਲੇਕਿਨ ਬਣਾਇਆ ਬਣਦਾ ਕੁਛ ਨਹੀਂ। ਪੰਜਾਬ ਦਾ ਜੇ ਦੇਖਿਆ ਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਸਾਹ ਸੁਖਾਲਾ ਨਹੀਂ ਆ ਰਿਹਾ, ਲੋਕ ਉੱਠ ਉੱਠ ਕੇ ਜ਼ਮੀਨਾਂ ਵੇਚ ਵੇਚ ਕੇ ਕਰਜ਼ੇ ਚੁੱਕ ਚੁੱਕ ਕੇ ਬਾਹਰ ਨੂੰ ਭੱਜੇ ਜਾ ਰਹੇ। ਕਿੰਨੇ ਕੁ ਆਸਵੰਦ ਰਹਿ ਗਏ ਅਸੀਂ, ਹੈਂਜੀ, ਭਵਿੱਖ ਬਦਲ ਸਕਦਾ ਪੰਜਾਬ ਦਾ ਲੱਗਦਾ ਤੁਹਾਨੂੰ? ਬਈ ਜੇ ਚੰਗੀ ਲੀਡਰਸ਼ਿਪ ਆ ਜਾਵੇ, ਗਵਰਨਮੈਂਟ ਆ ਜਾਵੇ ਸੇਵਾ ਕਰਨ ਵਾਲੀ ਲੋਕਾਂ ਦੀ, ਤਾਂ ਕਿਉਂ ਨਹੀਂ ਬਦਲ ਸਕਦਾ? ਹੋਰ ਲੋਕਾਂ ਦੇ ਹੋਰ ਪਿੰਡਾਂ ਦੇ ਬਦਲੇ ਹੈ, ਉਹ ਸਾਡੇ ਨਾਲੋਂ 2-2.5 ਵਰੇ ਮਗਰੋਂ ਆਜ਼ਾਦ ਹੋਇਆ ਚਾਈਨਾ, ਅੱਜ ਦੂਜੀ ਨੰਬਰ ਦੀ ਤਾਕਤ ਹੈ ਉਹਦੇ ਕੋਲੋਂ, ਅਮੈਰੀਕਾ ਡਰਦਾ, ਹੋਰ ਤਾਂ ਬਾਕੀ ਛੱਡੋ ਕਿਹੜੀ ਗੱਲ ਹੈਗੀ ਆ। ਬਿਲਕੁਲ ਬਿਲਕੁਲ। ਅੱਛਾ ਬਾਪੂ ਜੀ, ਇਹ ਆ ਵੀ ਹੁਣ ਕਿਤਾਬਾਂ ਜਿਹੜੀਆਂ ਤੁਹਾਡੀਆਂ, ਆਪਾਂ ਉਹਨਾਂ 'ਤੇ ਆਖਰੀ ਸਵਾਲ ਲੈਂਦੇ ਹਾਂ ਵੀ ਕਿਤਾਬਾਂ ਬਾਰੇ, ਅਤੇ ਆਪਾਂ ਇਹਦਾ ਸਰੋਕਾਰ ਆ ਜਿਹੜੇ ਤੁਹਾਡੇ ਹਮੇਸ਼ਾ ਪੇਂਡੂ ਰਹੇ ਆ ਲੋਕ, ਜਿਹੜੇ ਆਮ ਲੋਕ ਹੈ ਪੰਜਾਬ ਦੇ, ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਨਾਲ ਰਹੇ ਆ, ਪਰ ਦੇਖਿਆ ਅਸੀਂ ਜਿਹੜੇ ਵੱਡੇ ਅਵਾਰਡ ਆ ਗਏ ਊਂ ਵਿਦਵਾਨ ਆ ਜਿਹੜੇ, ਉਹ ਕਹਿੰਦੇ ਵੀ ਜਸਵੰਤ ਸਿੰਘ ਕੰਵਲ ਆ ਜਿਹੜਾ ਉਹ ਉਹਨਾਂ ਨਹੀਂ, ਪਰ ਪੰਜਾਬ ਦੇ ਲੋਕ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਰਹੇ। ਉਹ ਦੇਖੋ ਗੱਲ ਇਹ ਹੈ ਬਈ, ਜੇ ਤੁਸੀਂ ਇਮਾਨਦਾਰੀ ਨਾਲ ਸੋਚੋ ਤਾਂ ਮੈਂ ਸਮਝਦਾ ਵੀ ਪੰਜਾਬ ਦੇ ਜਿਹੜੇ ਲੇਖਕ ਵੀ ਹੈ ਨਾ, ਉਹ ਵੀ ਬਹੁਤਾ ਇਮਾਨਦਾਰ ਨਹੀਂ। ਅਸਲ ਗੱਲ ਇਹ ਹੈ ਲੋਕਾਂ ਨੂੰ ਆਪਦੇ ਜਿਉਣ ਦੀ ਪ੍ਰੋਬਲਮ ਪਈ ਵੀ ਆ ਵੀ ਅਸੀਂ ਗੁਜ਼ਾਰਾ ਕਿਵੇਂ ਕਰੀਏ। ਉਹ ਗੁਜ਼ਾਰਾ ਜਿਹੜਾ ਦਿਨੋਂ ਦਿਨ ਤੰਗ ਹੁੰਦਾ ਤੁਰਿਆ ਜਾ ਰਿਹਾ, ਉਹਦੇ ਵੱਲੋਂ ਨਾ ਮਿਲਣਾ ਕਾਰਨ ਵਜ਼ੀਫੇ ਜਿਹੜੇ ਆ, ਮੈਂ ਤੁਹਾਨੂੰ ਦੱਸਦਾ ਬਈ ਮੈਨੂੰ ਆਮਦਨ ਬਹੁਤ ਹੁੰਦੀ ਰਹੀ ਆ, ਇਹ ਨਹੀਂ ਗੱਲ ਹੈ, ਲੇਕਿਨ ਹੁਣ ਸਾਰਿਆਂ ਨੇ ਜਵਾਬ ਦੇ ਦਿੱਤਾ ਜੇ, ਹੁਣ 2-2.5 ਸਾਲ ਤੋਂ ਮੈਨੂੰ ਕੋਈ ਕੁਛ ਨਹੀਂ ਦੇ ਰਿਹਾ, ਮੈਂ ਹੁਣ ਉਹਨਾਂ ਨਾਲ ਲੜਾਂ ਕਿ ਦਾਅਵੇ ਕਰਾਂ, ਮੈਂ ਇਹ ਸੋਚਦਾ। ਦਾਅਵੇ ਤਾਂ ਤੁਸੀਂ ਉਹਨਾਂ 'ਤੇ ਨਹੀਂ ਕੀਤੇ ਜਿਹੜੇ ਤੁਹਾਡੇ ਤੋਂ ਬਿਨਾਂ ਪੁੱਛੇ ਫਿਲਮ ਬਣਾ ਗਏ ਤੁਹਾਡੇ ਨਾਵਲਾਂ 'ਤੇ। ਉਹ ਚਲੋ ਠੀਕ ਹੈ, ਮੈਂ ਉਹਨਾਂ ਦੀ ਆਪਦੀ ਗੱਲ ਆ, ਉਹ ਆ ਕੇ ਇੰਟਰਵਿਊ ਵੀ ਕਰ ਜਾਂਦੇ ਰਹੇ ਆ, ਵਿਚਾਰਾਂ ਲੈ ਜਾਂਦੇ ਰਹੇ ਆ, ਮੈਂ ਕਿਹਾ ਚਲੋ ਤੁਸੀਂ ਆਪਦਾ ਕਰੋ ਕੁਛ ਜਿਹੜਾ, ਲੇਕਿਨ ਜੋ ਮੈਂ ਲਿਖਿਆ ਸਹੀ ਤੌਰ 'ਤੇ ਉਹ ਉਸ ਤਰ੍ਹਾਂ ਦੀਆਂ ਫਿਲਮਾਂ ਉਹਨਾਂ ਨੇ ਬਣਾਈਆਂ। ਬਿਲਕੁਲ ਜੀ, ਬਿਲਕੁਲ ਨਿਆਣੀ। ਮੇਰੇ ਖਿਆਲ ਨਵਰੀਤ ਗੱਲਾਂ ਤਾਂ ਬਹੁਤ ਲੰਬੀਆਂ ਹੋ ਸਕਦੀਆਂ, ਕਿਉਂਕਿ ਕੋਈ ਮੈਂ ਲੋਕਾਂ ਨਾਲ ਖੜਾ, ਹਾਂਜੀ ਸਰਕਾਰ ਨਾਲ ਨਹੀਂ ਖੜਾ। ਬਿਲਕੁਲ ਜੀ, ਇਹ ਇੱਕ ਇਮਾਨਦਾਰੀ ਮੇਰੀ ਰੱਖ ਲਓ, ਇਹਨੂੰ ਮੇਰਾ ਸੁਭਾਅ ਰੱਖ ਲਓ, ਕੁਛ ਸਮਝ ਲਓ। ਮੈਂ ਕਹਿੰਦਾ ਵੀ ਲੋਕ ਜਿਹੜੇ ਹੈ ਉਹ ਵੱਡੇ ਹੁੰਦੇ ਆ, ਉਹ ਸਰਕਾਰਾਂ ਢਾ ਦਿੰਦੇ ਆ, ਨਵੀਆਂ ਬਣਾ ਲੈਂਦੇ ਆ, ਲੋਕਾਂ ਨੂੰ ਅਕਲ ਦੇਣੀ ਜਿਹੜੀ ਹੈ ਇਹ ਮਜਬੂਰੀ ਹੈ। ਬਿਲਕੁਲ ਜੀ, ਬਿਲਕੁਲ ਜੀ ਬਾਈ ਜੀ, ਮੈਂ ਉਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਬਹੁਤ ਕੁਛ ਹੈ ਜਿਹੜੀਆਂ ਦੇ ਉੱਤੇ ਗੱਲਾਂ ਕੀਤੀਆਂ ਜਾ ਸਕਦੀਆਂ, ਪਰ ਲਗਭਗ 2 ਘੰਟੇ ਹੋ ਗਏ ਨੇ ਆਪਾਂ ਕਮਰ ਸਾਹਿਬ ਦਾ ਟਾਈਮ ਲਾਇਨ ਨੂੰ, ਜਿਹੜੀ ਸਿਹਤ ਹੈ ਉਹ ਇਜਾਜ਼ਤ ਨਹੀਂ ਦਿੰਦੀ। ਮੇਰੇ ਖਿਆਲ ਦੇ ਵਿੱਚ ਅੱਜ ਗੱਲ ਸਾਨੂੰ ਇੱਥੇ ਹੀ ਖਤਮ ਕਰਨੀ ਪਊਗੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ, ਜਵਾਬ ਤਾਂ ਇੱਕੋ ਦੇ ਉੱਤੇ ਆ ਜਾਂਦਾ, ਜਵਾਬ ਆਹੀ ਹੈ ਜਿੱਥੇ ਖੜੀ ਹੈ, ਕਿਉਂਕਿ ਰੁੜ ਚੱਲਿਆ ਪੰਜਾਬ, ਬਚਾਉਣ ਦੇ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਪਊਗਾ। ਸੋ ਇਹੋ ਜਿਹੀਆਂ ਸ਼ਖਸੀਅਤਾਂ ਦੀ ਤਾਂ ਅਗਵਾਈ ਹੋ ਸਕਦੀ ਹੈ। ਬਿਲਕੁਲ ਜੀ, ਸਾਨੂੰ ਬਹੁਤ ਕੁਛ ਰੁੜ ਚੱਲਿਆ ਪੰਜਾਬ, ਬਿਲਕੁਲ ਇਸੇ ਤਰ੍ਹਾਂ ਹੀ ਹੈ, ਲੁੱਟਿਆ ਵੀ ਜਾ ਰਿਹਾ, ਰੁੜਿਆ ਵੀ ਜਾ ਰਿਹਾ, ਇਹਦੇ ਬਚਾਅ ਵਾਸਤੇ ਇਹਦੇ ਨਾਲੋਂ ਤੋੜ ਬਹੁਤ ਕੁਛ ਲਿਆ, ਥੋੜ੍ਹਾ ਰਹਿ ਗਿਆ, ਪਰ ਇੱਕ ਹੋਰ ਜਿਹੜਾ ਰਹਿ ਗਿਆ ਉਹਨੂੰ ਵੀ ਅਜੇ ਲੱਗੇ ਹੋਏ ਹੈ, ਇਹਨੂੰ ਥੋੜ੍ਹਾ ਕਰਨ, ਇੱਧਰ ਉੱਧਰ ਦੇਣ। ਪਰ ਮੈਂ ਇਹਦੇ ਨਾਲ ਇੱਕ ਹੋਰ ਕਿਤਾਬ ਵੀ ਰੱਖਣੀ ਚਾਹੁੰਦਾ ਸੀ, ਕੰਵਲ ਕਹਿੰਦਾ ਰਿਹਾ,
ਉਹ ਜੋ ਤੁਸੀਂ ਦੱਸਦੇ ਰਹੇ ਹੋ, ਤੁਸੀਂ ਹਮੇਸ਼ਾ ਸੱਚ ਦਾ ਜਿਹੜਾ ਹੋਕਾ ਦਿੰਦੇ ਰਹੇ ਹੋ। ਇਹ ਵੀ ਆ ਹੁਣ ਮੇਰੇ ਜਿਹੜੇ ਟੁਕੜੇ ਛਪੇ ਉਹਨਾਂ 'ਚੋਂ ਲੈ ਕੇ ਇਹਨਾਂ ਨੇ ਛਾਪੀ ਹੈ, ਮੇਰੇ ਕੋਲ ਪੁੱਛਿਆ ਵੀ ਨਹੀਂ। ਅੱਛਾ, ਚਲੋ ਜੀ। ਮੈਂ ਵੈਸੇ ਪੜ੍ਹਿਆ ਜਾਂਦਾ ਜੀ, ਮੈਨੂੰ ਇੰਨਾ ਕੁ ਹੌਸਲਾ ਹੈ ਵੀ ਲੋਕ ਮੈਨੂੰ ਪੜ੍ਹਦੇ ਆ, ਅਤੇ ਹੋਰ ਕੋਈ ਗੱਲ ਨਹੀਂ, ਇਹ ਵੀ ਇੱਕ ਬਹੁਤ ਵੱਡੀ ਗੱਲ ਆ। ਜ਼ਿਆਰਤ ਕਰਨ ਵੀ ਆਉਂਦੇ ਆ ਜੀ ਲੋਕ, ਮਿਲਣ ਵਾਸਤੇ ਮਿਲਦੇ ਗਿਲਦੇ ਵੀ ਆ, ਜ਼ਿਆਰਤ ਵੀ ਕਰਦੇ ਆ। ਮੈਂ ਉਹਨਾਂ ਨਾਲ ਦੋਸਤੀਆਂ ਨਿਭਾਉਣਾ, ਮੈਂ ਸਮਝਦਾ ਬਈ ਲੋਕ ਵੱਡੇ ਹੁੰਦੇ ਆ, ਸਰਕਾਰਾਂ ਛੋਟੀਆਂ ਹੁੰਦੀਆਂ। ਮੇਰਾ ਤਾਂ ਪ੍ਰੋਬਲਮ ਹੀ ਇਹ ਹੈਗਾ ਜੀ, ਮੈਂ ਲੋਕਾਂ ਨਾਲ ਖੜਾ, ਲੋਕ ਬਦਲਦੇ ਆ ਅਤੇ ਸਰਕਾਰਾਂ ਨੂੰ ਬਦਲਦੇ ਆ। ਬਿਲਕੁਲ ਜੀ, ਲੋਕ ਹਮੇਸ਼ਾ ਵੱਡੇ ਹੁੰਦੇ ਆ ਅਤੇ ਲੋਕਾਂ ਨੂੰ ਵੱਡੇ ਰਹਿਣਾ ਵੀ ਚਾਹੀਦਾ, ਕਿਉਂਕਿ ਲੋਕਤੰਤਰ ਦੇ ਵਿੱਚ ਜੇਕਰ ਅਸੀਂ ਰਹਿੰਦੇ ਹਾਂ ਤਾਂ ਫਿਰ ਸਰਕਾਰਾਂ ਚੁਣਦੀ ਇਸੇ ਲਈ ਆ ਕਿ ਉਹ ਸਾਡੇ ਕੰਮ ਕਰਨ ਅਤੇ ਚੰਗੀ ਤਰ੍ਹਾਂ ਕਰਨ। ਸੋ ਬਾਪੂ ਜਸਵੰਤ ਸਿੰਘ ਕੰਵਲ ਜੀ ਦੇ ਨਾਲ ਇਹ ਗੱਲਾਂ ਬਾਤਾਂ ਮੇਰੇ ਵੱਲੋਂ ਅਤੇ ਸੁਖਨੈਬ ਸਿੱਧੂ ਵੱਲੋਂ ਅੱਜ ਇੱਥੇ ਹੀ ਖਤਮ ਹੁੰਦੀ।